ਆਜ਼ਾਦ ਸਪੋਰਟਸ ਕਲੱਬ ਕੁਲਾਰ ਵੱਲੋਂ ਪ੍ਰਵਾਸੀ ਵੀਰਾਂ ਤੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗੀ ਸਰਵਣ ਸਿੰਘ ਕੁਲਾਰ ਤੇ ਸਵਰਗੀ ਸਰਵਣ ਸਿੰਘ ਸ਼ਾਹ ਦੀ ਯਾਦ ਵਿੱਚ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਫਾਈਨਲ ਮੁਕਾਬਲਾ ਬਾਬਾ ਸੁਖਚੈਨ ਦਾ ਸਪੋਰਟਸ ਕਲੱਬ ਤੇ ਰਾਇਲ ਕਿੰਗ USA ਦੀ ਟੀਮ ਵਿਚਕਾਰ ਹੋਇਆ, ਜਿਸ ਵਿੱਚ ਸੁਲਤਾਨ ਸੌਂਸਪੁਰ ਤੇ ਸੰਦੀਪ ਲੁੱਦਰ ਦੀਆਂ ਰੇਡਾਂ ਤੇ ਸੰਦੀਪ ਨੰਗਲੰਬੀਆਂ ਤੇ ਖੁਸ਼ੀ ਦੁੱਗਾ ਦੇ ਜੱਫਿਆਂ ਦੇ ਚੱਲਦੇ ਸ਼ਾਹਕੋਟ ਦੀ ਟੀਮ ਚੈਂਪੀਅਨ ਬਣੀ। ਜੇਤੂ ਟੀਮ ਦਾ ਸਾਬੀ ਗੁਲਾਰ ਅਤੇ ਸਾਥੀ ਪ੍ਰਮੋਟਰਾਂ ਵੱਲੋਂ 1.5 ਲੱਖ ਰੁਪਏ ਨਾਲ ਸਨਮਾਨ ਕੀਤਾ ਗਿਆ। ਖੇਡ ਮੇਲੇ ਵਿੱਚ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ਸੰਤ ਬਾਬਾ ਬਲਵੀਰ ਸਿੰਘ ਸੇਚੇਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਵਧੀਆ ਮੈਚ ਬਣਿਆ ਇੱਥੇ, ਸਾਰੇ ਜੋ ਸ਼ਾਹਕੋਟ ਆ ਸਾਰੇ ਵੱਡੇ ਪਲੇਅਰ ਦੇ ਪਹੁੰਚ ਰਹੇ ਆ ਅਤੇ ਹੋਰ ਸਾਰਾ ਮੀਂਹ ਦਾ ਕੋਈ ਪ੍ਰੋਬਲਮ ਨਹੀਂ ਗੀ, ਸਾਰੇ ਇੱਥੇ ਪਹੁੰਚੋ ਤੁਸੀਂ, ਤੁਹਾਡਾ ਬਹੁਤ ਧੰਨਵਾਦ ਭਾਜੀ। ਅੱਗੇ ਸਾਡੇ ਟੂਰਨਾਮੈਂਟ ਅੱਗੇ ਵੀ ਹੋ ਰਹੇ ਆ, ਪਰ ਸਾਡਾ ਇਹ ਜਿਹੜਾ ਪਹਿਲਾ ਟੂਰਨਾਮੈਂਟ ਆ, ਪਹਿਲਾ ਜਿੱਦਾਂ ਫੈਡਰੇਸ਼ਨ ਦਾ ਪਹਿਲਾ ਟੂਰਨਾਮੈਂਟ ਆ, ਅੰਕਲ ਦੀ ਫੈਡਰੇਸ਼ਨ ਹੈ ਨੌਰਥ ਕਬੱਡੀ ਫੈਡਰੇਸ਼ਨ, ਇਹਦੇ ਵਿੱਚ ਜਿਹੜੀ ਸ਼ਾਹਕੋਟ ਸਰਹਾਣਾ ਰਣੂਆ ਰੋਇਲ ਕਿੰਗ ਅਤੇ ਸਾਰੀਆਂ ਟੀਮਾਂ ਆਉਣਗੀਆਂ ਕਬੱਡੀ ਦੀ। ਭਾਜੀ ਅੱਜ ਸਾਡੇ ਟੂਰਨਾਮੈਂਟ ਦਾ ਨਾ ਅਸੀਂ ਡਰੋਪ ਟੈਸਟ ਕਰ ਰਹੇ ਹਾਂ, ਬਕਾਇਦਾ ਟੈਂਟ ਲੱਗ ਰਿਹਾ ਵਾ, ਬਕਾਇਦਾ ਸਾਰੇ ਪ੍ਰੋਗਰਾਮ ਡਰੋਪ ਟੈਸਟ ਹੋ ਰਿਹਾ, ਫੈਡਰੇਸ਼ਨ ਦੇ ਮੈਚ ਹੋ ਰਿਹਾ ਜੀ। ਬਹੁਤ ਬਹੁਤ ਧੰਨਵਾਦ NRI ਵੀਰਾਂ ਦਾ, ਬਾਕੀ ਲਾਗੇ ਲਾਗੇ ਨਗਰਾਂ ਦਾ, ਬਾਕੀ ਸਾਡੇ ਪਿੰਡ ਦੇ ਸਹਿਯੋਗ, ਬਾਕੀ ਜਿਹਨੇ ਆਪਣੇ ਆ ਗਿਆ ਜੀ ਜੰਗ ਮੈਨ ਸਾਰੇ, ਬਹੁਤ ਬਹੁਤ ਇਹਨਾਂ ਦਾ ਸਾਰਿਆਂ ਦਾ ਸਾਡੇ ਨਾਲ ਸਹਿਯੋਗ ਆ ਜੀ। ਕੋਈ ਵੀ ਕੰਮ ਆ, ਸਾਂਝਾ ਕੰਮ ਸ਼ੁਰੂ ਕਰੀਏ ਜਾਂ ਖੇਡ ਮੇਲਾ ਕਰੀਏ, ਕੋਈ ਲੈਵਲ ਦੇ ਕੰਮ ਸ਼ੁਰੂ ਕਰਦੇ ਆ, ਸਾਡੇ ਬਹੁਤ ਬਹੁਤ ਸਹਿਯੋਗ ਦੇ ਰਹੇ ਜੀ, ਅਤੇ ਧੰਨਵਾਦ ਜੀ। ਕਬੱਡੀ ਕੱਪ 12 ਟੂਰਨਾਮੈਂਟ ਪਹਿਲੇ ਹੋ ਚੁੱਕੇ ਜੀ, ਅੱਗੇ ਜਿਹੜੇ ਮੈਚ ਕਰਾਉਂਦੇ ਹੁੰਦੇ ਸੀ ਅਸੀਂ ਟੂਰਨਾਮੈਂਟ ਛੋਟੇ ਲੈਵਲ ਦੇ ਸੀਗੇ, ਜਿਹੜਾ ਇਹਦੀ ਮੈਚ ਆਪਣੇ ਆ ਜੀ ਫੈਡਰੇਸ਼ਨਾਂ ਦੇ ਆ, ਇਹ ਪਹਿਲੀ ਵਾਰੀ ਹੋ ਰਿਹਾ ਜੀ। ਇਹ ਸਾਡੇ ਸਾਬੀ ਆਪਣੇ ਆਸਟ੍ਰੇਲੀਆ ਤੋਂ, ਜਸਵੀਰ ਮੇਰਾ ਬ੍ਰਦਰ ਛੋਟਾ ਕੈਨੇਡਾ ਤੋਂ, ਇਹਨਾਂ ਨੇ ਜੀ ਉਪਰਾਲਾ ਕੀਤਾ, ਇਸ ਉਪਰਾਲੇ ਨਾਲ ਟੂਰਨਾਮੈਂਟ ਆਪਾਂ ਪਹਿਲੀ ਵਾਰ ਕਰਾ ਰਹੇ ਹਾਂ, ਅੱਗੇ ਜੋ ਮਾਲਕ ਦੀ ਕਿਰਪਾ ਨਾਲ ਇਸ ਤੋਂ ਵੱਧ ਵੀ ਨਿਭਾਇਆ ਕਰਾਂਗੇ। ਬਾਕੀ ਜਿਹੜੇ ਇਹ ਹੁੰਦੇ ਆ ਜੀ ਟੂਰਨਾਮੈਂਟ ਹੁੰਦੇ ਆ, ਇਹ ਸਾਰਿਆਂ ਦੇ ਲਾਗੇ ਲਾਗੇ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਆ, ਜੇ ਆਪਾਂ ਕੀ ਇਕੱਲਾ ਕੋਈ ਬੰਦਾ ਇਸ ਚੀਜ਼ਾਂ ਕਰਾ ਨਹੀਂ ਸਕਦਾ। ਬਾਕੀ ਜੀ ਆਪਾਂ ਖੇਡ ਮੇਲੇ ਕਰਾਵਾਂਗੇ, ਇਹਨਾਂ ਤੋਂ ਨਸ਼ਿਆਂ 'ਤੇ ਆ ਜਿੰਨੇ ਨਸ਼ੇ ਲੋਕ ਕਰ ਰਹੇ ਆਪਣੇ ਆ, ਨੌਜਵਾਨ ਕਰ ਰਹੇ ਆ, ਆਪਾਂ ਉਹਨਾਂ ਨੂੰ ਇਸ ਤੋਂ ਦੂਰ ਕਰਨਾ, ਜੇ ਖੇਡ ਮੇਲੇ 'ਚੋਂ ਦੇਖਣਗੇ ਉਹ ਵੀ ਆਪਣਾ ਇਹ ਕਰਨਗੇ ਵੀ ਅਸੀਂ ਇਹ ਚੀਜ਼ਾਂ ਛੱਡੀਏ, ਇਹ ਖੇਡ ਮੇਲਿਆਂ ਨੂੰ ਹੋਈਏ। ਜਲੰਧਰ ਤੋਂ ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।